जी ये एक तरह नाल दूसरे बंदे नूं ना इनकरेजमेंट है, क्योंकि कई बार की होंगे ना दूसरे बंदे नूं देख के लगता है भी मेरी कहानी ये वर्गी है। हाँ हम जी जिदा तुम भी बिल्कुल, किसी की वीडियो देखी है मैं बस देखती लाइक करती हूँ हर। अच्छा अच्छा जी वही है ना, दूसरे बंदे नूं एक बूस्टअप जहा मिलता है, वो अपना केस जोड़ लेंदा उहदे नाल भी हाँ नीचे देखो कि मैनू भी यही प्रॉब्लम्स ने, और कुछ नहीं जी हौसला ही है एक दूसरे बिल्कुल बंदे ने। सी वन लेफ्ट साइड, तुसी बाकी अपना फूड मेनली चेंज करो, जिहड़ा तुसी खा रहे हो हाँ जी, फूड बेटर करो है ना, ਤੁਸੀਂ क्योंकि ਮੈਨੂੰ ਦੱਸ ਦਿਓ ਨਾ ਕਿ ਖਾਵਾਂ ਕੀ। मैं कुछ की चीज़ां तुहानू गाइड कर दांगा, ਹਾਂ ਜੀ, तुसी उहदे ते ਮੈਂ थोड़ा ਤਾਂ जिहा ਅਕੋਰਡਿੰਗ ਲੈ ਲੂੰਗੀ, फोकस करना शुरू कर दियो, ਮੇਰੇ ਸਰੀਰ जरूरी है ਠੀਕ ਹੋ ਜੇ ਬਸ। ਕਿ ਪਰਮਾਤਮਾ ने मेहर करनी है जी। ਹਾਂ ਜੀ ਹਾਂ ਜੀ ठीक है, उस तो उपर कुछ नहीं, आपा तो अपना जो भी स्किल है लाना है, बाकी रब ने मेरा बख्शनी है। ਤੁਹਾਡੇ ਇੱਥੇ ਕੁਛ ਹੈ ਆ ਏਰੀਏ ਤੇ, ਇੱਥੇ ਤਾਂ ਬਹੁਤ ਪਿੱਛੇ ਗਰਦਨ ਵੀ ਹੁੰਦੀ ਬਹੁਤ ਰੀਡਿੰਗ ਸ਼ੂਟ ਆ ਮੇਰੀ ਇੱਥੇ, ਕਿ ਜੇ 10 ਪੁਆਇੰਟ ਤੋਂ ਕ੍ਰੋਸ ਕਰ ਰਹੀ ਆ। ਚਲੋ ਹਾਂ ਦੇਖਦੇ ਇੱਥੇ ਕੁਛ, ਮੇਰੀ ਬੇਸਿਕ ਰੀਡਿੰਗ ਇੱਥੇ ਆ ਕੇ ਕਵਰ ਅਪ ਹੋ ਰਹੀ ਆ, ਇਟ ਇਜ਼ ਸਮ ਹਾਓ ਫਿਰ ਕ੍ਰੋਸ ਹੋ ਕੇ ਇਟ ਇਜ਼ ਗੋਇੰਗ ਡਾਊਨ। ਬਿਲਕੁਲ ਮੈਡਮ, ਆਪਾਂ ਨੂੰ ਟੇਲ ਬੋਨ ਦਾ ਇਸ਼ੂ ਹੈ, ਤੁਸੀਂ ਥੋੜ੍ਹਾ ਅੱਗੇ ਨੂੰ ਝੁਕੋ, ਰਾਈਟ ਸਾਈਡ 'ਤੇ ਆ, S4 S5 ਰਾਈਟ ਸਾਈਡ 'ਤੇ ਤਕਰੀਬਨ, ਅਤੇ ਤਕਰੀਬਨ T12 ਦੇ ਨੇੜੇ ਤੇੜੇ ਅਤੇ S4 ਦੇ ਨੇੜੇ ਤੇੜੇ ਨੋਰਮਲ ਹੋ ਜਾਓ ਪਲੀਜ਼। ਅੱਛਾ ਮੈਡਮ, ਮੈਨੂੰ ਤੁਸੀਂ ਇਹ ਦੱਸੋ, ਬੈਟਰ ਬੈਟਰ ਨੋਰਮਲ ਬੈਟਰ ਪਲੀਜ਼, ਕਿ ਇਸ ਜਗ੍ਹਾ ਦੇ ਉੱਤੇ ਕੋਈ ਚੁਭਨ ਫੀਲ ਹੋ ਰਹੀ ਆ? ਦੇਖੋ ਜੇ ਮੈਂ ਲੈਫਟ ਜਾ ਰਿਹਾ ਤਾਂ ਨੋਰਮਲ ਹੈ, ਪੇਨ ਤਾਂ ਨਹੀਂ ਇੱਥੇ? ਦਬਾਣ ਤੇ ਦੇਖੋ, ਧਿਆਨ ਦਿਓ, ਆਹ ਚੀਜ਼ ਚੁਭਦਾ ਕੁਛ, ਜਿੱਦਾਂ ਮੈਂ ਕੁਛ ਕਰ ਰਿਹਾ ਨਾ, ਦੇਖੋ ਇੱਥੇ ਫੀਲ ਤਾਂ ਨਹੀਂ ਹੋ ਰਿਹਾ ਕੁਛ ਵੀ? ਇੱਥੇ ਨਹੀਂ ਹੋ ਰਿਹਾ, ਇੱਥੇ ਤੁਸੀਂ ਫੀਲ ਕਰਦੇ ਹੋ, ਡਿਫਰੈਂਸ ਸਮਝ ਗਏ ਨਾ, ਤਿੱਖਾ ਬਣ ਜਾ ਰਿਹਾ ਵਿੱਚ। ਤੇ ਦੂਸਰਾ ਤੁਸੀਂ ਮੈਨੂੰ ਇੱਕ ਇੱਥੇ ਦੱਸੋ ਰੀਜ਼ਨ ਦੇ ਉੱਤੇ ਕਿ ਇੱਥੇ ਕੀ ਆ ਪੇਨ ਕੁਛ ਹੈਗੀ ਆ? ਦੇਖਿਓ L1 ਇਹ ਜ਼ਿਆਦਾ ਜਾਂ ਇਹ ਜ਼ਿਆਦਾ? ਇਹ ਜ਼ਿਆਦਾ T12 C1 ਬਸ ਠੀਕ ਆ, ਤਾਂ ਫਿਰ ਮੈਂ ਨੰਬਰ ਤੋਂ ਸ਼ੁਰੂ ਕਰਾਂਗੇ। ਠੀਕ ਹੈ, ਆਓ ਮੈਡਮ, ਲੇਟ ਹੋ ਗਿਆ ਉੱਤੇ ਸਿੱਧਾ ਲੈਣਾ ਪੁੱਟਾ ਉਲਟ ਲੈਣਾ, ਤੁਹਾਡਾ ਲੱਕ ਇੱਥੇ ਆਏਗਾ ਫੇਸ ਇੱਧਰ। ਮੈਂ ਕਰ ਲੈਣਾ ਜੀ ਅੱਗੇ ਪਿੱਛੇ, ਸਾਲ ਕਰਕੇ ਬੋਡੀ ਨੂੰ ਸਾਲ ਲਓ, ਆਊਟ ਕਰ ਦਿਓ, ਬਸ ਈਜ਼ੀ ਰੱਖਣਾ। ਹੋਰ ਦੁਬਾਰਾ ਸਾਲ ਲਓ, ਆਊਟ ਕਰੋ, ਬਸ ਆਓ ਮੈਡਮ, ਵਾਕ ਕਰਕੇ ਆਓ। ਕਰੋ
ਸਾਹ ਲਓ ਤੇ ਨੈਕ ਆਪਣੀ ਚਿਨ ਤੇ ਰੱਖੋ ਸਾਹ ਲਓ ਬਾਹਰ ਕਰੋ ਬਾਹਰ ਕਰ ਦਿਓ ਸਾਹ ਖਾਲੀ ਕਰ ਦਿਓ ਪੇਟ ਬਿਲਕੁਲ ਈਜ਼ੀ ਰੱਖਣਾ ਸਾਹ ਨਹੀਂ ਲੈਣਾ ਠੀਕ ਹੈ ਬਸ ਗੁੱਡ ਫੀਲ ਹੋਇਆ ਤੁਹਾਨੂੰ ਇੱਥੇ ਆਓ ਵਾਕ ਕਰ ਅੱਜ ਬੈਠ ਜਾਓ ਬਸ ਜਿੱਦਾਂ ਪਹਿਲਾਂ ਬੈਠੇ ਸੀ ਆਪਾਂ ਰੀਡਿੰਗ ਚੈੱਕ ਕਰ ਲਈ ਠੀਕ ਮੈਂ ਚੈੱਕ ਕਰੂੰ ਪਲੀਜ਼ ਫਲਕਚੁਏਸ਼ਨ ਆ ਰਹੀ ਹੈ ਕਾਫੀ ਸੀ1 ਰਾਈਟ ਦਾ ਬੈਟਰ ਆ ਹੀਟ ਇਸ਼ੂਜ਼ ਨੇ ਸੀ1 ਰਾਈਟ ਦਾ ਬੈਟਰ ਆ T12 0 almost yeah heat activity here but it is 0 0 lower is perfectly fine 0 T12 क्लियर है अच्छा मैं हूँ मैं दसो कि इतने हम पेन फील करते हो इस पॉइंट पे जो पहले चुभन जी सी नहीं बिल्कुल डाउन लो थे इतने पहले वर्गी नहीं है कि हाँ चेंज है ਆਪਾਂ ਇਹਨੂੰ ਨਹੀਂ ਛੇੜਿਆ ਮੈਂ ਤੁਹਾਡੀ ਜਿਹੜੀ ਹਿੱਪ ਆਊਟ ਸੀਗੀ ਲੈਫਟ ਸਾਈਡ ਤੋਂ ਮੈਂ ਸਿਰਫ ਤੁਹਾਡੇ ਹਿੱਪ ਤੇ ਕੰਮ ਕੀਤਾ ਮੈਂ ਇਹਨੂੰ ਨਹੀਂ ਛੇੜਿਆ ਟੇਲਬੋਨ ਤੁਹਾਡੀ ਕਾਫੀ ਹੱਦ ਤੱਕ ਠੀਕ ਆ ਸੈਂਟਰ ਟੂ ਸੈਂਟਰ ਹੀ ਤੁਹਾਡੀ ਹਿੱਪ ਆਊਟ ਸੀਗੀ ਮੈਂ ਹਿੱਪ ਤੇ ਹੀ ਤਾਂ ਹੀ ਵਰਕ ਕੀਤਾ ਹੁਣ ਬੈਠੇ ਜਾ ਸਕੂਗਾ ਬਿਲਕੁਲ ਜੀ ਬੈਠ ਕੇ ਦੇਖਿਓ ਹੁਣ ਮੈਂ ਥੱਲੇ ਬਿਠਾਉਂਗਾ ਤੁਹਾਨੂੰ ਉੱਥੇ C1 ਵੀ ਬੈਟਰ ਆ ਯਾ C1 ਇਜ਼ ਓਕੇ ਓਕੇ ਹਾਰਡ ਸਰਫੇਸ ਤੇ ਬੈਠੇ ਤੇ ਫੀਲ ਹੁੰਦਾ ਸੀ ਬਹੁਤ ਜ਼ਿਆਦਾ ਜਦੋਂ ਬਸ ਥੱਲੇ ਬੈਠ ਕੇ ਉੱਠਣ ਸਮਝ ਨਹੀਂ ਬੈਠ ਬੈਠ ਜੋ ਵੀ ਹੈ ਜਰੂਰ ਲੱਗਦੀ ਹੈ ਆ ਚੀਜ਼ ਨਹੀਂ ਇਸ ਤੇ ਵੀ ਪੇਨ ਹਾਂ ਇਹ ਚੀਜ਼ ਨਹੀਂ ਪੇਨ ਨੀਚੇ ਦਰਦ ਬਹੁਤ ਹੁੰਦੀ ਹੈ ਇਸ ਟਾਈਮ ਪੇਨ ਕਰਦੀ ਹੈ ਹਾਂ ਜੀ ਆ ਤਾਂ ਬੋਲ ਕਰਦੀ ਹੈ ਚਲੋ ਕੋਈ ਨਹੀਂ ਦੇਖੋ ਪਿੱਛੇ ਦੇਖੋ ਟੇਲ ਆ ਰਹੀ ਹੈ ਉਹ ਕਿੱਦਾਂ ਪੂਰਾ ਪ੍ਰੈਸ਼ਰ ਤੋਂ ਕੋਈ ਦਿੱਕਤ ਨਹੀਂ ਦੇਖੋ ਟਾਈਮ ਪਿੱਛੇ ਨੂੰ ਥੋੜ੍ਹਾ ਚੁੱਕ ਕੇ ਦੇਖੋ ਕਿਉਂਕਿ ਜੇ ਚੁੱਕ ਹੋਵੇ ਤਾਂ ਉਸ ਟਾਈਮ ਟੇਬਲ ਉੱਤੇ ਤੇ ਪੂਰਾ ਪ੍ਰੈਸ਼ਰ ਹੁੰਦਾ ਇੰਤਾਂ ਨਹੀਂ ਆਵੇ ਥੋੜ੍ਹੀ ਟੇਲ ਬੋਨ ਜਿਹੜੀ ਹੈ ਨਾ ਉਹ ਬਿਲਕੁਲ ਸਹੀ ਹੈ ਸੈਂਟਰ ਟੂ ਸੈਂਟਰ ਥੋੜ੍ਹੀ ਹਿੱਪ ਆਊਟ ਹੋਈ
हिप आउट होने करके भी टेल बोन ते प्रेशर पै जाता है। ठीक है, मैं एक्सरे के अकॉर्डिंग भी थोड़ी हिप ते ही काम किया, टेल बोन नहीं छेड़े। ठीक है, जस्ट वेटिंग, अगर दोनों कोई इशू आएगा फिर अपन देखा भी, जो नहीं है ना तब स्पेटिंग फिर अपन नहीं करता। रेगुलर इतना बैठ नहीं होनी चाहिए, आम बंदा भी बैठता ही है ऑफिस में, तुम भी आप हो तो फिर कोई दिक्कत नहीं।